ਬਸ ਆਹੀ ਆਹ ਪਹਿਲੀ ਵਾਰੀ ਕੀਤਾ ਤੇ ਕਿੰਨੇ ਕ ਜਿਹੜੇ ਆ ਬੰਦੇ ਤੁਹਾਡੇ ਨਾਲ ਜੁੜੇ ਹੋਏ ਆ ਕਿਹੜਾ ਤੁਹਾਡਾ ਗੈਂਗ ਆ ਆ ਪਹਿਲੀ ਵਾਰੀ ਹੋਇਆ ਪੰਜ ਜਣੇ ਉਹ ਮੈਨੂੰ ਨਹੀਂ ਪਤਾ ਹੋਰ ਕਿਹੜੇ ਆ ਤੇ ਕੀ ਗੱਲ ਕੀ ਹੋਈ ਸੀ ਪੂਰੀ ਗੱਲ ਪਤਾ ਨਹੀਂ ਮੇਰੇ ਘਰ ਆਏ ਸੀ ਕਹਿੰਦੇ ਮਿਲਣਾ ਕਿਸੇ ਬੰਦੇ ਨੇ ਮੈਂ ਕਹਿ ਬੈਠੀ ਚੱਲ ਮਿਲ ਲਓ ਮੈਨੂੰ ਇਹ ਨਹੀਂ ਪਤਾ ਕਿੱਦਾਂ ਕਿੱਦਾਂ ਨਹੀਂ ਬਾਅਦ 'ਚ ਬੰਦੇ ਆ ਗਏ ਦੋ ਇੱਕ ਜਨਾਨੀ ਆ ਗਈ ਦੋ ਬੰਦੇ ਆ ਗਏ ਬਸ ਇਹੀ ਗੱਲ ਹੋਈ ਹੈ ਉਹ ਜਿਹੜੇ ਜਨਾਨੀ ਬੰਦਾ ਹੈ ਕਿੱਥੇ ਰਹਿਣ ਵਾਲੇ ਮਹਤਾਬਗੜ੍ਹ ਦੇ ਅਤੇ ਕੋਈ ਅਸ਼ਲੀਲ ਵੀਡੀਓ ਵਗੈਰਾ ਵੀ ਬਣਾਈ ਗਈ ਹਾਂਜੀ ਅਤੇ ਜਿਹੜੇ ਹੋਰ ਬੰਦੇ ਆ ਉਹ ਕਿਹੜੇ ਕਿਹੜੇ ਆ ਜਿਹੜੇ ਅਨਮੋਲ ਨਾਲ ਆ ਅਤੇ ਇਹ ਕਦੋਂ ਤੋਂ ਕੰਮ ਕਰ ਰਹੇ ਆ ਉਹਨਾਂ ਦਾ ਨਹੀਂ ਪਤਾ ਉਹਨਾਂ ਨੇ ਪਹਿਲੀ ਵਾਰ ਕੀਤਾ ਹੈ ਅਤੇ ਕਿੰਨੇ ਪੈਸਿਆਂ ਦੀ ਜਿਹੜੀ ਮੰਗ ਕੀਤੀ ਗਈ 20,000 ਲਿਆ ਸੀ 19,000 ਅਤੇ ਜਿਹੜੇ ਜਿਹਦੇ ਕੋਲ 20,000 ਰੁਪਏ ਤੋਂ ਕਿੱਥੇ ਦਾ ਰਹਿਣ ਵਾਲਾ ਹਾਂਜੀ ਉਹ ਕਿੱਥੇ ਦਾ ਰਹਿਣ ਵਾਲਾ ਬੰਦਾ ਸੈਨਿਕ ਸਕੂਲ ਦਾ ਇਹ ਮਾਮਲਾ ਇਹ ਹੈ ਜੀ ਸੁਰਜੀਤ ਕੌਰ ਮਹਤਾਬਗੜ੍ਹ ਦੀ ਰਹਿਣ ਵਾਲੀ ਹੈ ਇੱਕ ਬੰਦਾ ਸ਼ਰਾਬ ਪੀਣ ਆਇਆ ਸੀ 17-6 ਨੂੰ ਉਹ ਕਹਿੰਦਾ ਮੈਂ ਸ਼ਰਾਬ ਪੀਣ ਆਇਆ ਵਾਂ ਅਤੇ ਮੈਨੂੰ ਸ਼ਰਾਬ ਚਾਹੀਦੀ ਹੈ ਇਹਨੂੰ ਕਿਹਾ ਵੀ ਮੇਰਾ ਬੈੱਡ ਠੀਕ ਕਰਨ ਵਾਲਾ ਮੇਰਾ ਬੈੱਡ ਸਹੀ ਕਰਾ ਦਿਓ ਸਹੀ ਕਰਨ ਦੇ ਬਹਾਨੇ ਇਹਨੂੰ ਅੰਦਰ ਬੁਲਾਇਆ ਅੰਦਰ ਉਹਨੂੰ ਕਹਿੰਦੇ ਪਹਿਲਾਂ ਤੋਂ ਹੀ ਇਹਨਾਂ ਦੀ ਪਲੈਨਿੰਗ ਸੀਗੀ ਗਲਤ ਕੰਮ ਕਰਨ ਦੀ ਅੰਦਰ ਬੁਲਾ ਕੇ ਇੱਕ ਸੀਮਾ ਨਾਂ ਦੀ ਕੁੜੀ ਹੈ ਇੱਕ ਕੌਜਲ ਨਾਂ ਦੀ ਕੁੜੀ ਆ ਜਨਾਨੀਆਂ ਇੱਥੋਂ ਦੀਆਂ 30-35 ਸਾਲ ਦੀਆਂ ਉਹਨਾਂ ਨੇ ਰਲ ਕੇ ਇਹਦੇ ਨਾਲ ਅਸ਼ਲੀਲ ਵੀਡੀਓ ਬਣਾਈ ਨਾਲ ਇੱਕ ਕੇਸ਼ਾ ਵੈਦ ਨਾਲ ਇੱਕ ਵਿੱਕੀ ਹੈ ਠੀਕ ਹੈ ਜੀ ਇਹਨਾਂ ਨੇ ਵੀਡੀਓ ਬਣਾ ਕੇ ਇਹਨੂੰ ਫਿਰ ਬਲੈਕਮੇਲਿੰਗ ਕਰਨ ਲੱਗ ਪਿਆ ਇਹਨੂੰ ਫਿਰ ਲੱਗਾ ਪਤਾ ਵੀ 20,000 ਰੁਪਈਆ ਮੇਰੇ ਅਕਾਊਂਟ 'ਚੋਂ ਮੈਂ ਕਢਾ ਕੇ ਦਿੱਤਾ ਤਾਂ ਵੀ ਨਹੀਂ ਹਟ ਰਿਹਾ ਫਿਰ ਇਹਨਾਂ ਨੇ ਪੁਲਿਸ ਵਿੱਚ ਕੰਪਲੇਂਟ ਕੀਤੀ ਪੁਲਿਸ ਨੇ ਉਸੇ ਸਮੇਂ ਤੁਰੰਤ ਕਾਰਵਾਈ ਆਪਣੀ ਕਰ ਦਿੱਤੀ ਮੁਕੱਦਮਾ ਨੰਬਰ 162 ਅੰਡਰ ਸੈਕਸ਼ਨ ਜਿਹੜੀ ਹੈਗੀ ਆ 342 384 506 34 IPC ਦੇ ਨਾਲ ਅਸੀਂ 5 ਦੇ ਖਿਲਾਫ਼ ਮੁਕੱਦਮਾ ਦਰਜ ਕਰ ਦਿੱਤਾ ਰੇਡ ਕੀਤਾ ਗਿਆ ਸੁਰਜੀਤ ਕੌਰ ਉਹਨੇ ਪਛਾਣ ਲਈ ਸੁਰਜੀਤ ਕੌਰ ਨੂੰ ਅਸੀਂ ਅਰੈਸਟ ਕਰਕੇ ਅੱਜ ਲੈ ਲਿਆ ਅਦਾਲਤ ਵਿੱਚ ਪੇਸ਼ ਕੀਤਾ ਸੀ ਇੱਕ ਦਿਨ ਦਾ ਮਾਨਯੋਗ ਅਦਾਲਤ ਨੇ ਉਹਦਾ ਰਿਮਾਂਡ ਦਿੱਤਾ ਵਾ ਰਿਮਾਂਡ 'ਤੇ ਅਸੀਂ ਇਹਦੀ ਕੋਸ਼ਿਸ਼ ਕਰਕੇ ਜਿਹੜੇ ਹੋਰ ਦੋਸ਼ੀ ਆ ਉਹਨਾਂ ਦੀ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਲਿਆ ਜਾਊਗਾ ਅਦਾਲਤ ਇਹਦੇ ਵਿੱਚ ਜੀ ਇੱਕ ਸੀਮਾ ਨਾਂ ਦੀ ਕੁੜੀ ਆ ਉਹਦਾ ਨਾਂ ਜਸਵੀਰ ਕੌਰ ਆ ਦੱਸਿਆ ਜਾਂਦਾ ਹੁਣ ਮੈਂ ਰੇਡ ਕਰਨ ਗਿਆ ਸੀਗਾ ਉਹਦਾ ਨਾਂ ਜਸਵੀਰ ਕੌਰ ਆ ਔਰ ਇੱਕ ਉਹਦਾ ਨਾਂ ਕੌਜਲ ਚਲਾ ਰਹੀ ਆ ਕੌਜਲ ਹੈ ਕੁੜੀ ਦਾ ਨਾਂ ਅਤੇ ਵਾਈਫ ਆਫ ਨਿਰਮਲ ਸਿੰਘ ਕੁਆੜੀ ਆ ਇੱਦਾਂ ਦੇ ਨਾਂ 'ਤੇ ਜਾਣ ਰਹੀ ਆ ਪਰਮਜੀਤ ਸਿੰਘ ਜਿਹੜੇ ਐਡਵੋਕੇਟ ਆ ਉਹਨਾਂ ਦਾ ਨਾਲ ਦਾ ਹੀ ਘਰ ਹੈਗਾ ਉਹਨਾਂ ਦਾ ਅਤੇ ਇਹ ਉਹ ਆ ਜੀ ਮੇਨ ਜਿਹੜੀ ਹੈਗੀ ਆ ਇਹ ਤਾਂ ਜੀ ਹੁਣ ਜਿਹੜਾ ਮਦਈ ਮੁਕੱਦਮਾ ਉਹ ਹੀ ਦੱਸੂਗਾ ਕਿ ਉਹ ਕਿੰਨੀ ਵਾਰੀ ਸ਼ਿਕਾਰ ਹੋਇਆ ਇਸ ਗੱਲ ਦਾ ਕਿੰਨੀ ਵਾਰੀ ਨਹੀਂ ਹੈ ਤਾਂ ਉਹ ਦੱਸੂਗਾ ਜੀ ਜਿਹੜਾ ਬੰਦਾ ਸ਼ਿਕਾਰ ਹੋਇਆ ਉਸ ਤੋਂ ਪਹਿਲੇ ਵੀ ਹੋਰ ਵੀ ਇਹਨਾਂ ਦੇ ਚਾਂਸਰ ਦੇ ਵਿੱਚ ਕਈ ਲੋਕ ਜਿਹੜੇ ਆਏ ਇਹ ਤਾਂ ਜੀ ਹੁਣ ਇਹਨੂੰ ਹੋਊਗਾ ਪਤਾ ਇੱਕ ਵਾਰੀ ਫਿਰ ਇਹਨੂੰ ਬੁਲਾ ਕੇ ਸ਼ਾਮਿਲ ਤਫਤੀਸ਼ ਕਰਕੇ ਇਹਦੇ ਕੋਲ ਫਿਰ ਦੁਬਾਰਾ ਪੁੱਛਿਆ ਜਾਊਗਾ ਵੀ ਪਹਿਲਾਂ ਇਹ ਕਿੰਨੀ ਵਾਰੀ ਆਇਆ ਕਿੰਨੀ ਵਾਰੀ ਨਹੀਂ ਕਿੰਨੇ ਇਹਦੇ ਦੋਸਤ ਆਏ ਆ ਜਾਂ ਆਲੇ ਦੁਆਲੇ ਆਏ ਆ ਕਿੰਨੇ ਕੁ ਇਹਦਾ ਹੈਗਾ ਕੋਈ ਗੱਲਬਾਤ ਅਤੇ ਫਿਰ ਸ਼ਾਮਿਲ ਤਫਤੀਸ਼ ਕਰਕੇ ਹੀ ਪਤਾ ਲੱਗੂਗਾ ਅਤੇ ਸਰ ਜਿਹੜੇ 20,000 ਰੁਪਇਆ ਅਕਾਊਂਟ ਦੇ ਵਿੱਚੋਂ ਇਹਨਾਂ ਨੇ ਟ੍ਰਾਂਸਫਰ ਕੀਤਾ ਉਹ ਦੇਣ ਤੋਂ ਬਾਅਦ ਫਿਰ ਦੁਬਾਰਾ ਫਿਰੋਤੀ ਮੰਗੀ ਨਹੀਂ ਜੀ ਪਹਿਲਾਂ ਤਾਂ 15,000 ਰੁਪਏ ਦੀ ਸੀਗੀ ਫਿਰੋਤੀ ਉਸ ਤੋਂ ਬਾਅਦ 4,000 ਰੁਪਈਆ ਕੋਈ ਅਹੁਜਾ ਸਵੀਟ ਆ ਇੱਥੇ ਉਹਨਾਂ ਕੋਲ ਫੜ ਕੇ ਉਹਨਾਂ ਨੇ ਸਿਗਰ ਦੇਣੇ ਇੰਨੇ ਵਜੇ ਦੀ ਉਹ ਤੰਗ ਹੋ ਗਿਆ ਕਿਉਂਕਿ ਉਹ ਹੈ ਤਾਂ ਨੌਕਰੀ ਕਰਦਾ ਸੈਨਿਕ ਸਕੂਲ ਐਜ਼ ਏ ਲਾਂਗਰੀ ਕਿਉਂਕਿ ਹੁਣ ਛੁੱਟੀਆਂ ਹੋਈਆਂ ਬੱਚੇ ਗਏ ਆ ਘਰ ਛੁੱਟੀਆਂ ਕੱਟਣ ਉਹਦੇ ਵਿੱਚ ਇਹਨੇ ਕਿਹਾ ਵੀ ਮੇਰਾ ਅੱਜ 17 ਤਰੀਕ ਸ਼ਨੀਵਾਰ ਹੈ ਮੈਂ ਕਿਉਂ ਨਾ ਕੋਈ ਵਧੀਆ ਜਾ ਕੇ ਇੰਜੋਏ ਕੀਤਾ ਜਾਵੇ ਪਰ ਇੰਜੋਏ ਦਾ ਇਹ ਉਹਨੂੰ ਸਿਲਾ ਮਿਲਿਆ ਨਹੀਂ ਜੀ ਹਾਲੇ ਤੱਕ ਨਹੀਂ ਮੈਨੂੰ ਇਹਨਾਂ ਨੇ ਦਿੱਤੀ ਕਿਉਂਕਿ ਹੁਣ ਜਿਹੜਾ ਮੇਨ ਦੋਸ਼ੀ ਆ ਉਹ ਹਾਲੇ ਤੱਕ ਗ੍ਰਿਫਤਾਰ ਨਹੀਂ ਹੋਇਆ ਜਦੋਂ ਮੇਨ ਦੋਸ਼ੀ ਗ੍ਰਿਫਤਾਰ ਹੋਊਗਾ ਵਿੱਕੀ ਕੇਸ਼ਾ ਅਤੇ ਕੌਜਲ ਸੀਮਾ ਇਹਨਾਂ ਕੋਲ ਹੈਗੀ ਆ ਸਾਰੀ ਵੀਡੀਓ ਜਿੰਨੀਆਂ ਵੀ ਇਹਨਾਂ ਨੇ ਬਣਾਈਆਂ ਉਹਦੇ ਕੋਲ ਹੈਗੀ ਫਿਰ ਅਸੀਂ ਜ਼ਰੂਰ ਸਖਤੀ ਨਾਲ ਪੁੱਛ ਕੇ ਉਹਨਾਂ ਕੋਲ ਵੀਡੀਓ ਵੀ ਹਾਸਲ ਕਰਾਂਗੇ ਬਿਲਕੁਲ ਜੀ ਬਿਲਕੁਲ ਛਾਪੇਮਾਰੀ ਕੀਤੀ ਜਾ ਰਹੀ